हाँ जी, सत श्रीकाल जी सारिआं नूं। ते असी साडा चौथा दिन हैगा अज इत्थे गोवा विच, ते अज मैडम दा बर्थडे भी है। देख लो जी, हुण देख लो ते थोड़ी देर बाद देख फर्क पता लग जाएगा। असी अज थोड़ा छेती कर रहे हैं तैयार होने वास्ते, क्योंकि फिर असी हुण ਕਿਤੇ ਜਾਣਾ ਏ, ਫਿਰ ਉਸ ਤੋਂ ਬਾਅਦ ਫਿਰ ਕਿਤੇ ਜਾਣਾ ਏ, ਤੇ ਫਿਰ ਕਿਤੇ ਜਾਣਾ ਏ, ਫਿਰ ਜਿੱਥੇ ਜਿੱਥੇ ਜਾਣਾ ਏ ਉੱਥੇ ਤੁਸੀਂ ਤੇ ਨਾਲ ਹੀ ਜਾਣਾ ਏ। ਤੁਸੀਂ ਨੀ, ਤੁਸੀਂ ਤੇ ਜਾਣਾ ਹੀ ਹੈ, ਕੱਲ੍ਹ ਥੋੜੀ ਹੋ ਗਈ ਤੇ ਹੁਣ ਅਸੀਂ ਬ੍ਰੇਕਫਾਸਟ ਕਰਨ ਆਏ ਹਾਂ, ਤੇ ਬ੍ਰੇਕਫਾਸਟ ਕਰਦੇ ਹਾਂ। ਹਾਂਜੀ, ਤੇ ਬ੍ਰੇਕਫਾਸਟ ਹੋ ਚੁੱਕਿਆ, ਤੇ ਹੁਣ ਅਸੀਂ ਫਟਾਫਟ ਤਿਆਰ ਹੋ ਕੇ ਦੇਖਦੇ ਹਾਂ ਕਿੱਧਰ ਨੂੰ ਜਾਣਾ, ਤੇ ਹੁਣ ਫਟਾਫਟ ਤਿਆਰ ਹੋਵਾਂਗੇ ਕਿਉਂਕਿ ਟਾਈਮ ਹੋ ਚੁੱਕਿਆ 10:30। ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ 11:30 ਤੱਕ ਨਿਕਲ ਜਾਈਏ। ਹਾਂਜੀ, ਤੇ ਟਾਈਮ ਹੋ ਗਿਆ ਹੈ 12, ਤੇ ਅਸੀਂ ਹੁਣ ਨਿਕਲੇ ਹਾਂ। ਤੇ ਹੁਣ ਇੱਕ ਕਪਲ ਸਾਡੇ ਨਾਲ ਜੁੜ ਗਿਆ ਗੁਜਰਾਤ ਤੋਂ, ਬਹੁਤ ਹੀ ਵਧੀਆ ਕਪਲ ਹੈ, ਬਹੁਤ ਜ਼ਿਆਦਾ ਉਹ ਅਜੇ ਤਿਆਰ ਹੋ ਰਹੇ ਨੇ। ਕੱਲ੍ਹ ਤਾਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸੀਗੇ, ਅਸੀਂ 7 ਵਜੇ ਉੱਠ ਕੇ ਤਿਆਰ ਹੋ ਜਾਂਦੇ ਹਾਂ, ਬਟ ਹਜੇ ਵੀ ਉਹ ਤਿਆਰ ਹੀ ਹੋ ਰਹੇ ਨੇ। ਤੇ ਠੀਕ ਹੈ, ਹੁਣ ਅਸੀਂ ਤਿਆਰ ਹੋ ਕੇ ਚੱਲੇ ਹਾਂ ਥੱਲੇ, ਤੇ ਕੋਕੋ ਬੀਚ ਤੇ ਜਾਣਾ, ਤੇ ਉੱਥੋਂ ਜਾ ਕੇ ਫਿਰ ਅੱਗੇ ਤੁਹਾਨੂੰ ਦੱਸਦੇ ਹਾਂ ਫਿਰ ਹੋਰ ਕਿੱਥੇ ਜਾਣਾ। ਹਾਂਜੀ, ਤੇ ਅਸੀਂ ਇੱਥੇ ਆਏ ਸੀਗੇ, ਤੇ ਰਾਹ ਵਿੱਚ ਸਾਨੂੰ ਇਹ ਇੱਕ ਮਾਂਡਵ ਰਿਵਰ ਦਿਖੀ ਆ, ਇਹ ਆ ਗਏ ਨੇ ਸਾਡੇ ਬੰਦੇ ਵੀ ਆ ਗਏ ਨੇ, ਕੀ ਹਾਲ ਆ। ਹਾਂਜੀ, ਤਾਂ ਆਪਾਂ ਪਹੁੰਚ ਗਏ ਹਾਂ ਕੋਕੋ ਬੀਚ, ਇੱਥੋਂ ਦੀ ਅਸੀਂ ਜਾਵਾਂਗੇ ਡੋਲਫਿਨ ਰਾਈਡ 'ਤੇ, ਅਤੇ ਸੋਹਣਾ ਲੱਗ ਰਿਹਾ ਬੀਚ ਤਾਂ ਬਹੁਤ, ਅਤੇ ਅਸੀਂ ਚੱਲ ਰਹੇ ਹਾਂ ਬਰਥਡੇ ਗਰਲ ਨਾਲ, ਅਤੇ ਹੁਣ ਸਾਨੂੰ ਸ਼ੂਜ਼ ਰਿਮੂਵ ਕਰਨੇ ਪੈਣੇ ਕਿਉਂਕਿ ਸਾਡਾ ਪਲੈਨ ਸੀਗਾ ਪੰਜਿਮ ਸਿਟੀ ਜਾਣ ਦਾ, ਬਟ ਸਾਡਾ ਮੋਨਟੂ ਬਾਈ ਪਿੱਛੇ ਪੈ ਗਿਆ, ਕਹਿੰਦਾ ਕਿ ਨਹੀਂ ਅੱਜ ਹੀ ਕਰਕੇ ਜਾਓ, ਪਰ ਹੁਣ ਸਾਨੂੰ ਵੀ ਉਹ ਲੱਗ ਰਿਹਾ ਕਿ ਬਈ ਹੋ ਨਹੀਂ ਪਾਏਗਾ ਅਗਰ ਅਸੀਂ ਉੱਧਰ ਜਾਵਾਂਗੇ। ਕੱਲ੍ਹ ਦਾ ਵੀ ਦੂਜੀ ਪਲੈਨਿੰਗ ਹੈ, ਉਹ ਕੱਲ੍ਹ ਦੱਸਾਂਗੇ ਅਸੀਂ ਤੁਹਾਨੂੰ, ਅਤੇ ਡੋਲਫਿਨ ਰਾਈਡ ਦੇ ਵਿਊ ਵਗੈਰਾ ਸਾਰਾ ਕੁਛ ਉਹਦੇ 'ਚ ਐਡ ਕਰਦੇ ਜਾਵਾਂਗੇ। ਠੀਕ ਹੈ, ਅਤੇ ਅਸੀਂ ਮਿਲਦੇ ਹਾਂ ਫਿਰ ਨੈਕਸਟ ਕਲਿੱਪ ਵਿੱਚ ਥੋੜ੍ਹੀ ਦੇਰ 'ਚ। ਭਾਲੀ ਗੱਡੀ ਸਾਡੀ ਵੱਜਣ ਵਾਲੀ ਹੈ, ਦੇਖ ਲਓ ਤੁਸੀਂ ਅੱਗੇ ਆ, ਵੱਜਣ ਵਾਲੀ ਗੱਡੀ, ਵੱਜਣ ਵਾਲੀ ਹੈ, ਵੱਜਣ ਵਾਲੀ ਹੈ। ਬਸ ਬਸ, ਡਰਾਈਵਰ ਠੀਕ ਹੈਗਾ ਹੀ ਨਹੀਂ, ਲਾਈਫ ਜੈਕਟ ਤੇ ਦਿੱਤੀ ਡਾਂਸਿੰਗ ਕਾਰ ਵਾਕੂ ਹੋਈ ਪਈ ਹੈ, ਤੁਸੀਂ ਵੇਖੀ ਹੋਣੀ ਪੀ ਕੇ ਵਿੱਚ ਡਾਂਸਿੰਗ ਕਾਰ, ਉਹ ਅਲੱਗ ਡਾਂਸਿੰਗ ਸੀ ਪਰ ਅਲੱਗ ਡਾਂਸਿੰਗ ਪਰ ਹੈਗੀ ਡਾਂਸਿੰਗ ਹੀ ਆ, ਬਹੁਤ ਹੀ ਵਧੀਆ, ਹਵਾ ਬਹੁਤ ਵਧੀਆ ਚੱਲ ਰਹੀ ਹੈ, ਧੁੱਪ ਹੈ ਨਹੀਂ ਅੱਜ, ਅਤੇ ਮੌਸਮ ਸੋਹਣਾ ਇੱਕਦਮ ਠੰਡਾ, ਮਤਲਬ ਮੌਸਮ ਦਾ ਹੀ ਖੇੜੇ ਤੇ ਸਾਰਾ, ਹੋਰ ਕੁਛ ਨਹੀਂ ਹੈ, ਪਤਾ ਨਹੀਂ ਕੀ ਬਣਿਆ ਹੋਇਆ ਹੁਣ, ਕਿਸੇ ਦਾ ਮਹਿਲ ਹੀ ਹੋਣਾ, ਠੀਕ ਹੈ ਰਹਿਣ ਦੋ, ਐਵੇਂ ਤੰਗ ਨਹੀਂ ਕਰਦੇ ਸੀ ਕਿਸੇ ਨੂੰ। ਉਹ ਸਾਹਮਣੇ ਆ ਰਿਹਾ ਗਵਾੜਾ ਫੋਰਟ, ਉਹ ਉੱਪਰ ਜ਼ੂਮ ਕਰਕੇ ਦਿਖਾਉਣਾ ਮੈਂ, ਇੱਥੇ ਹੈਗਾ ਗਵਾੜਾ ਫੋਰਟ, ਡਰਾਈਵਰ ਦਾ ਲੱਗਦਾ ਪੈਟਰੋਲ ਮੁੱਕ ਗਿਆ। ਕਹਿੰਦੇ ਇੱਥੇ ਕੋਈ ਪ੍ਰਪੋਜ਼ ਕਰੇ ਤੇ ਹਸੀਨਾ ਮੰਨ ਜਾਂਦੀ ਹੈ, ਪਰ ਇਹ ਗੱਲ ਵੱਖਰੀ ਹੈ ਕਿ ਹਸੀਨਾ ਨੂੰ ਇੱਥੇ ਲੈ ਕੇ ਕਿਵੇਂ ਆਉਣਾ ਹੈ, ਇਹ ਵੀ ਤੇ ਟਾਸਕ ਹੋ ਗਿਆ ਨਾ ਫਿਰ, ਹਸੀਨਾ ਨੂੰ ਇੱਥੇ ਲਿਆਉਣਾ ਵੀ ਤੇ ਪਏਗਾ, ਮੰਨੇਗੀ ਤੇ ਤਾਂ ਹੀ। ਵੇਖੋ ਜੀ, ਇਹ ਅਗਵਾੜਾ ਜੇਲ੍ਹ ਹੈਗੀ ਇੱਥੇ ਦੀ, ਦੋ ਬੰਦੇ ਗਏ ਸੀ ਇੱਥੇ, ਪਤਾ ਨਹੀਂ ਉਹਨੇ ਛੱਡ ਕਿਵੇਂ ਦਿੱਤਾ, ਇਹ ਸੀਗੇ ਉਹ ਦੋ ਬੰਦੇ ਆ ਛੱਡਤਾ।
ਵਿਖਾਵਾਂਗੇ ਉਹ ਵਿਖਾਵਾਂਗੇ ਸਵਾਹ ਤੇ ਮਿੱਟੀ ਵਿਖਾਈ ਇਹਨਾਂ ਨੇ ਡੋਲਫਿਨ ਕਹਿੰਦੇ ਸੀ ਡੋਲਫਿਨ ਆਈ ਨਹੀਂ ਕਿਤੇ ਐਡਾ ਗੰਦਾ ਪਾਣੀ ਹੈ ਡੋਲਫਿਨ ਕਿੱਥੇ ਹੋਣੀ ਡੋਲਫਿਨ ਡੋਲਫਿਨ ਆਪਣੀ ਆਪਣੀ ਡੋਲਫਿਨ ਨਾਲ ਚੱਕੜਾ ਲੋ ਜੀ ਆਪਾਂ ਕਰ ਲਿਆ ਹੈਗਾ ਡੋਲਫਿਨ ਰਾਈਡ ਨੂੰ ਖਤਮ ਤੇ ਅਸੀਂ ਹੁਣ ਚੱਲੇ ਆ ਪੰਜਿਮ ਸਿਟੀ ਤੇ ਹੁਣ ਉੱਥੇ ਜਾ ਕੇ ਚਾਰ ਪੰਜ ਚੀਜ਼ਾਂ ਹੈਗੀਆਂ ਉਹ ਦੇਖਦੇ ਹਾਂ ਤੇ ਅਸੀਂ 8 ਵਜੇ ਤੱਕ ਮੁੜਨਾ ਵੀ ਆ 8 ਤੋਂ ਪਹਿਲੇ ਪਹਿਲੇ ਕਿਉਂਕਿ ਉਸ ਤੋਂ ਬਾਅਦ ਸਾਡਾ ਕੁਛ ਹੈਗਾ ਪਲਾਨ ਅੱਗੇ ਮਿਲਦੇ ਹਾਂ ਤੁਹਾਨੂੰ ਪੰਜਿਮ ਸਿਟੀ 'ਚ ਹਾਂਜੀ ਵੇਖੋ ਜੀ ਅਸੀਂ ਆ ਗਏ ਹਾਂ ਇੱਥੇ ਪੰਜਿਮ ਸਿਟੀ ਅਤੇ ਇੱਥੇ ਅਸੀਂ ਸਭ ਤੋਂ ਪਹਿਲੇ ਆਏ ਹਾਂ ਚਰਚ ਦੇਖਣ ਵੈਸੇ ਚਰਚ ਤਾਂ ਅੰਦਰੋਂ ਬੰਦ ਹੈ ਬਟ ਅਸੀਂ ਬਾਹਰੋਂ ਬਸ ਵਿਊ ਦੇਖਣ ਆਏ ਸੀ ਅਤੇ ਚਰਚ ਦੇਖਣ ਆਏ ਸੀ ਇੱਥੇ ਸਿੰਬਾ ਮੂਵੀ ਦੀ ਸ਼ੂਟਿੰਗ ਹੋਈ ਸੀ ਅਤੇ ਇਹਦਾ ਨਾਮ ਹੈਗਾ ਇਮੈਕੁਲੇਟ ਕਨਸੈਪਸ਼ਨ ਚਰਚ ਜੇ ਕਿਸੇ ਨੇ ਵੀ ਆਉਣਾ ਹੋਵੇ ਕੈਲੰਗੂਟ ਤੋਂ 15-16 ਕਿਲੋਮੀਟਰ ਪੈਂਦੀ ਹੈ ਅੱਧੇ ਪੌਣੇ ਘੰਟੇ ਦਾ ਰਾਹ ਹੈਗਾ ਅਤੇ ਵਧੀਆ ਤੁਸੀਂ ਆ ਸਕਦੇ ਹਾਂਜੀ ਅਤੇ ਆਪਾਂ ਪਹੁੰਚ ਗਏ ਹਾਂ ਇੱਥੇ ਡੋਨਾਪੋਲਾ ਬੀਚ ਹੈਗਾ ਹੈ ਅਤੇ ਇੱਥੇ ਉਹੀ ਸੀਨ ਹੋਇਆ ਸੀ ਸਿੰਘਮ ਵਾਲਾ ਜਿਹੜਾ ਅਸੀਂ ਲੋਕੇਸ਼ਨ ਦੇਖਣ ਆਏ ਹਾਂ ਕੀ ਲੋਕੇਸ਼ਨ ਹੈ ਉਹ ਲੋਕੇਸ਼ਨ ਅੱਗੇ ਸਾਹਮਣੇ ਹੋਏਗੀ ਉੱਥੇ ਜਾਂਦੇ ਹਾਂ ਅਤੇ ਤੁਹਾਨੂੰ ਵਿਖਾਉਂਦੇ ਹਾਂ ਵੇਖੋ ਜੀ ਡੋਨਾਪੋਲਾ ਦਾ ਹਾਲ ਬਹੁਤ ਹੀ ਮਾੜਾ ਹੋਇਆ ਪਿਆ ਸਹੀ ਗੱਲ ਹੈ ਅਤੇ ਅਸੀਂ 7-8 ਕਿਲੋਮੀਟਰ ਚਲਾ ਕੇ ਸਕੂਟੀ ਆਏ ਹਾਂ ਇੱਥੇ ਡੋਨਾਪੋਲਾ ਚੋਂ ਨਿਕਲ ਆਏ ਸੀ ਅਸੀਂ ਕੱਖ ਨਹੀਂ ਸੀਗਾ ਉੱਥੇ ਅਤੇ ਹੁਣ ਦੋ ਬੰਦੇ ਮਸ਼ਾਲ ਫੜ ਕੇ ਪਤਾ ਨਹੀਂ ਕਿੱਥੇ ਅੱਗ ਲਗਾਉਣ ਜਾ ਅਤੇ ਅਸੀਂ ਮੀਰਾਮਾਰ ਬੀਚ 'ਤੇ ਆ ਗਏ ਹਾਂ ਵਿਦ ਅਕਸ਼ੇ ਕੁਮਾਰ ਐਂਡ ਮਾਈ ਗਿੱਲ ਅਤੇ ਦੀਪ ਕੌਰ ਅਤੇ ਹਰਪ੍ਰੀਤ ਸਿੰਘ ਇੱਧਰ ਮਾਸਕ ਇੱਥੇ ਲਾਉਣਾ ਪੈਂਦਾ ਥੋੜ੍ਹਾ ਜਿਹਾ ਜ਼ਰੂਰੀ ਹੈਗਾ ਬੋਟਿੰਗ ਦੇਖਦੇ ਹਾਂ ਵੀ ਅੰਦਰ ਜਾ ਕੇ ਪਤਾ ਲੱਗੇਗਾ ਕਿਆ ਹੈ ਅੰਦਰ ਬੋਟਿੰਗ ਕਰਕੇ ਆਏ ਹਾਂ ਨਹੀਂ ਕਰਨੀ ਹੋ ਗਈ ਹੈਗੀ ਹੈ ਨਹੀਂ ਤੁਹਾਡੇ ਕੋਲ ਡੋਲਫਿਨ ਐਵੇਂ ਫੁੱਦੂ ਬਣਾਈ ਜਾਂਦੇ ਆ ਵਾਰੀ ਵਾਰੀ ਪਿੱਛੇ ਪੈ ਜਾਂਦੇ ਡੋਲਫਿਨ ਲੱਭੀ ਨਹੀਂ ਕੋਈ ਅਤੇ ਬਸ ਥੋੜ੍ਹੇ ਜਿਹੇ ਗੇੜੇ ਗੂੜੇ ਕਟਾ ਤੇ ਇਹਨਾਂ ਨੇ ਬਾਕੀ ਵਿਊ ਵਧੀਆ ਸੀ ਮਜ਼ਾ ਹੀ ਆਇਆ ਸੀ ਉਹਦੇ 'ਚ ਵੀ ਵਾਧੂ ਹੁਣ ਅਸੀਂ ਕਿਹਾ ਕਿ ਕੁਲਫੀਆਂ ਖਾ ਲਈਏ ਅਕਸ਼ੇ ਕੁਮਾਰ ਸਪੋਂਸਰ ਕਰ ਰਹੇ ਸਾਡੀਆਂ ਕੁਲਫੀਆਂ ਮਾਈ ਗਿੱਲ ਕੀ ਕਹਿੰਦੀ ਹੈ ਅੰਡਾ ਪਾਟੇ ਕਿਹਦੇ ਪਾਟੇ ਕੌਣ ਸਾ ਪਾਟੇ ਜੀ ਆਪਾਂ ਘੁੰਮ ਫਿਰ ਕੇ ਸਾਰੇ ਪਾਸੇ ਡੋਨਾਪੋਲਾ ਮੀਰਾਮਾਰ ਤੇ ਸਾਨੂੰ ਮੀਰਾਮਾਰ ਨੇ ਸਾਨੂੰ ਬੜਾ ਮਾਰਿਆ ਉੱਥੇ ਆ ਗਈ ਬਾਰਿਸ਼ ਤੇ ਅਸੀਂ ਭਿੱਜ ਗਏ ਭਿੱਜ ਗਈ ਕੁੜਤੀ ਪਸੀਨੇ ਦੀ ਪਰ ਭਿੱਜ ਗਈ ਕੁੜਤੀ ਬਾਰਿਸ਼ ਨਾਲ ਇੱਥੇ ਹੋ ਗਿਆ ਸੀ ਕੰਮ ਤੇ ਹੁਣ ਅਸੀਂ ਚੱਲੇ ਹਾਂ ਦੀਪ ਦਾ ਬਰਥਡੇ ਹੈ ਸਭ ਨੂੰ ਪਤਾ ਹੀ ਹੈ ਤੇ ਫਿਰ ਅਸੀਂ ਅੱਜ ਰੂਮ ਥੋੜ੍ਹਾ ਜਿਹਾ ਚੇਂਜ ਕਰਵਾਇਆ ਦੇਖਦੇ ਹਾਂ ਕਿੱਦਾਂ ਦਾ ਲੱਗਦਾ ਮੈਂ ਤੇ ਵੇਖਿਆ ਸੀ ਬਸ ਕਾਲਾ ਮਾਲਾ ਜਿਹਾ ਹੀ ਹੋ ਗਿਆ ਮੇਰੇ ਨਾਲ ਥੋੜ੍ਹਾ ਜਿਹਾ ਪਰ ਕੋਈ ਨਹੀਂ ਹੁਣ ਕੀ ਕੀਤਾ ਜਾ ਸਕਦਾ ਪ੍ਰੀ ਬੁਕਿੰਗ ਵਿੱਚ ਆਈ ਹੋ ਸਭ ਹੁੰਦਾ Happy birthday to you.
हाँ जी, तो असीं इत्थे होटल आए सीगे। इत्थे कुछ दिसदा पिया तुहानू? निरा ही फिटे मूह होटल हैगा। मिंट मिंट जिथे लाइट चली जाती है, जनरेटर चलाने ते अद्धा घंटा ला देंदे ने कि अद्धे घंटे की बिजली बच ही जाए इन्हां दी। इहनू वेख लो, पता नहीं कदा हादसा आई जाता इन्हां तो वधिया। देखो इत्थे की लिखवा के आई है, मेरे भी लिखाता किसी का कैंडल लाइट, बिल्कुल ही कैंडल लाइट करता कि पूरे होटल च कैंडल लाइट है। हुण मसा ही इन्हां दी बत्ती आई है, पहले डीजल लैके आए ने कि जनरेटर च पावांगे फिर बत्ती जगावांगे। निरा ही फिटे मूह होटल हैगा, होर की फिटे मूह ही है, होर की है। पहली चलती है नहीं है, लिफ्ट लगा रखी चलती है नहीं है। बंदे है कि नौ तरीक है ये, हमें समझ नहीं आ रही है। लगी चाबी ऐदा जाती है घूम, तो बिचों की निकलूगा बुआ जाता खुल, तो अंदर जाओ तो असं इस कहानी इस स्टोरी इतें ही मुका रहे हैं। इस व्लॉग में इतें एंड करते हैं, तुहानू कल मिलते हैं।